हर पातशाह का कोई मुकाम हुंदा, तो यह चंडीगढ़ जिहड़ा पंजाब दे पिंडां नूं उजाड़ के वसाया गई राजधानी आ, उस दी बोली किस तरह रातों रात बदल के पंजाबी तो इंग्लिश किवें हो गई, कि इस एक बहुत हैरान करने वाली गल है कि असीं अंग्रेजी जबान की अजे तक भी गुलामी मानते हैं। तो मैं साडा यह है कि पंजाबी नूं उसका बनता स्थान दिता जाए, क्योंकि ये जड़ी जगह मैं इस जगह इस धरती से उन्होंने पिंडा दी वो पिंडा उजाड़ के बनाई इस राजधानी दे विच मैं पंजाबी जबान नू पहली भाषा के तौर पर अं सारे देखना चाहते हैं। और इस जड़ा ये संघर्ष है, ये जड़ी लड़ाई है, इनू असी इनू मुकम्मल होने तक असी ये लड़ाई लड़ांगे। और असी इस गल नू इस बोली सिर्फ कोई सिर्फ कम्यूनीकेशन का साधन नहीं होंगी, संचार का साधन नहीं होंगी, बोली साढ़े विरसे की साडे पुरखियां दी नाल सानू जोड़दी आ। सो मैं चाहुंदा कि किते भी धरती है कोई, ये सिर्फ पंजाबी की गल नहीं है, ये हर माँ बोली की गल आ कि हरेक हरेक माँ बोली नू उहदा स्थान मिलना चाहिए, कि किते भी कोई भी माँ बोली जिथों तुसी किते भी चले जाओ, किसी भी सिक्ख्या शास्त्री नू पुछ लवो, किसी भी मनोविज्ञानी नू पुछ लवो, वह तुहानू ये कहेगा कि बेशक वह सिक्ख्या आ, बेशक वह फलसफे की सिक्ख्या, बेशक विज्ञान की सिक्ख्या, उहदे लई हमेशा पंजा तुहाडी माँ बोली जिहड़ी आ उह ही एक माध्यम हो सकती है। सो असी चाहुंदे हां कि जिहड़ी सानू अंग्रेज़ी भी आवे, सानू हिंदी भी आवे, सानू पंजाबी भी आवे, पर हर भाषा जिहड़ी आ उह तुहाडी माँ बोली तों बाद आउंदी आ। ਹੋਰ ਇਹ ਵਿਧਾਨ ਸਭਾ ਦੇ ਵਿੱਚ ਵੀ ਇਹ ਨੋਟੀਫਿਕੇਸ਼ਨ ਪਾਸ ਹੋ ਗਿਆ ਸੀਗਾ ਕਿ ਪੰਜਾਬੀ ਇਹਨਾਂ ਨੂੰ ਪਹਿਲੀ ਦਵਾਈ ਜਾਊਗੀ ਐਜ਼ ਪਹਿਲੀ ਭਾਸ਼ਾ, ਪਰੰਤੂ ਉਸ ਤੋਂ ਬਾਅਦ ਵੀ ਸਰਕਾਰਾਂ ਨੇ ਨਾ ਕੋਈ ਸਟੈਂਡ ਦਿੱਤਾ, ਅਤੇ ਤੁਸੀਂ ਵੀ ਕਾਫੀ ਚਿਰ ਤੋਂ ਇਹ ਸੰਘਰਸ਼ ਕਰ ਰਹੇ ਹੋ, ਪਰ ਉਹਨਾਂ ਦੇ ਕੰਨਾਂ 'ਤੇ ਕੋਈ ਜੂ ਨਹੀਂ ਰਿੰਗ ਰਹੀ, ਅੱਗੇ ਆਪਾਂ ਇਹ ਕਿਵੇਂ ਤੁਸੀਂ ਸਫਲ ਬਣਾਉਣ ਵੱਲ ਜਾਓਗੇ, ਅੱਗੇ ਕੀ ਆਪਣਾ ਸਾਧਨ ਹੋਏਗਾ? ਦੇਖੋ ਅਸੀਂ ਇਹਦੇ ਲਈ ਹੈ ਕਿ ਹੁਣ ਇਸ ਤੋਂ ਬਾਅਦ ਅਸੀਂ ਮੇਰੇ ਮਨ 'ਚ ਇੱਦਾਂ ਹੁੰਦਾ ਸੀਗਾ ਕਿ ਅਸੀਂ ਇੰਨੀਆਂ ਚਿੱਠੀਆਂ ਲਿਖਾਂਗੇ, ਇੰਨੇ ਪੋਸਟ ਕਾਰਡ ਬੇਸ਼ੱਕ ਲਿਖੀਏ, ਕਿ ਇੱਕ ਤਰ੍ਹਾਂ ਰੋਜ਼ ਹੋਣ ਲੱਗੇ ਵੀ ਸਾਨੂੰ ਇਸ ਗੱਲ ਬਾਰੇ ਗੱਲੀ ਚਿੱਠੀਆਂ ਆ ਰਹੀਆਂ, ਕਿ ਸੋ ਅਸੀਂ ਇੱਕ ਅਸੀਂ ਇਹੋ ਜਿਹੇ ਤਰੀਕਿਆਂ ਨਾਲ ਅਸੀਂ, ਕਿਉਂਕਿ ਅਸੀਂ ਸਿਰਜਣਾਤਮਕ ਲੋਕ ਹਾਂ, ਅਸੀਂ ਰਚਨਾਤਮਕ ਲੋਕ ਹਾਂ, ਅਸੀਂ ਇਸ ਲੜਾਈ ਨੂੰ ਜਿੱਤਣ ਦੇ ਇਸ ਲੜਾਈ ਦਾ ਇੱਕ ਸੋਹਣਾ ਫਲ ਦੇਖਣ ਦੇ ਦੇਖਣ ਲਈ ਅਸੀਂ ਬਹੁਤ ਸਾਧਨ ਵਰਤਾਂਗੇ। ਪਾਤਰ ਸਾਹਿਬ, ਕੀ ਸਾਜ਼ਿਸ਼ ਹੈ ਇਹ ਕਿ ਪੰਜਾਬੀ ਨੂੰ ਥੱਲੇ ਲਾਇਆ ਜਾ ਰਿਹਾ ਹੈ? ਕੀ ਸਾਜ਼ਿਸ਼ ਹੈ? ਮੈਂ ਸਮਝਦਾ ਕਿ ਇੱਕ ਜਿਹੜੀ ਜਿਵੇਂ ਹੁੰਦੀ ਹੈ ਨਾ ਆਪਾਂ ਸਮਾਜ 'ਚ ਵਰਗ ਮੰਨਦੇ ਹਾਂ ਕਿ ਇਹੋ ਉੱਚ ਵਰਗ ਹੈ, ਇਹੋ ਅਸੀਂ ਕਹਿੰਦੇ ਤਥਾ ਕਥਿਤ ਨਿਮਨ ਵਰਗ ਹੈ, ਮੱਧ ਵਰਗ ਹੈ, ਤੋ ਜਿਹੜਾ ਉੱਚ ਵਰਗ ਹੈ ਉਹ ਇੱਕ ਉਹ ਭਾਸ਼ਾਵਾਂ ਨੂੰ ਪਹਿਰਾਵੇ ਵਾਂਗ ਵਰਤਦਾ, ਜਿਵੇਂ ਲੋਕ ਆਪਣੇ ਜ਼ੇਵਰ ਦਿਖਾਉਂਦੇ ਆ ਕਿ ਇਹ ਮੇਰੇ ਕੋਲ ਜ਼ੇਵਰ ਆ, ਉਹ ਇਹ ਲੋਕ ਅੰਗਰੇਜ਼ੀ ਨੂੰ ਆਪਣੇ ਜ਼ੇਵਰਾਂ ਵਾਂਗ, ਆਪਣੇ ਇੱਕ ਪਹਿਰਾਵੇ ਵਾਂਗ ਵਰਤਦੇ ਆ। ਔਰ ਜਿਨ੍ਹਾਂ ਨੂੰ ਉਹਨਾਂ ਨੂੰ ਉਹ ਸਮਝ ਸਾਨੂੰ ਅੰਗਰੇਜ਼ੀ ਜ਼ਿਆਦਾ ਆਉਂਦੀ ਆ, ਪਰ ਜਦੋਂ ਉਹ ਕੋਈ ਬੰਦਾ ਉਹ ਬੰਦੇ ਪੰਜਾਬੀ ਨਾ ਆਉਣ 'ਤੇ ਸ਼ਰਮਿੰਦੇ ਨਹੀਂ ਹੁੰਦੇ, ਲੇਕਿਨ ਜੇ ਅੰਗਰੇਜ਼ੀ ਨਾ ਆਵੇ ਤਾਂ ਫਿਰ ਉਹ ਸ਼ਰਮਸਾਰ ਹੁੰਦੇ ਆ। ਇਹ ਆਪਣੇ ਆਪ 'ਚ ਬੜੀ ਇੱਕ ਸ਼ਰਮਸਾਰੀ ਵਾਲੀ ਗੱਲ ਹੈ ਕਿ ਅਸੀਂ ਆਪਣੀਆਂ ਹੀ ਭਾਸ਼ਾ ਨਾਲ, ਆਪਣੀ ਧਰਤੀ ਦੀਆਂ ਭਾਸ਼ਾਵਾਂ ਨਾਲ ਇਹੋ ਜਿਹੇ ਸਲੂਕ ਕਰੀਏ। ਇਹ ਜਿੱਥੇ ਇੱਕ ਪਾਸੇ ਇਹੋ ਸਾਜ਼ਿਸ਼ ਵੀ ਆ, ਦੂਸਰੇ ਪਾਸੇ ਇੱਕ ਅਗਿਆਨ ਵੀ ਆ, ਜਿਸ ਵਿੱਚੋਂ ਹਰੇਕ ਜਿੱਦਾਂ ਆਪਾਂ ਕਹਿੰਦੇ ਕਿ ਟੈਗੋਰ ਨੂੰ ਨੋਬਲ ਪ੍ਰਾਈਜ਼ ਮਿਲਿਆ, ਟੈਗੋਰ ਨੂੰ ਨੋਬਲ ਪ੍ਰਾਈਜ਼ ਬੰਗਾਲੀ 'ਚ ਲਿਖਣ ਕਰਕੇ ਮਿਲਿਆ, ਅਤੇ ਉਹਦਾ ਅਨੁਵਾਦ ਤਾਂ ਇੱਕ ਗਾਂਧੀ ਗੱਲ ਸੀ ਕਿ ਉਹਨੇ ਆਪਣੀ ਮਾਂ ਬੋਲੀ ਨੂੰ ਇੱਦਾਂ ਪਿਆਰ ਕੀਤਾ, ਬੰਗਾਲੀਆਂ ਨੇ ਪਿਆਰ ਕੀਤਾ ਕਿ ਉੱਥੇ ਇੱਕ ਰਵਿੰਦਰ ਨਾਥ ਟੈਗੋਰ ਪੈਦਾ ਹੋਇਆ। ਜਾਣੀ ਅਸੀਂ ਇੱਕੋ ਇੱਕ ਅਜੇ ਤੱਕ ਨੋਬਲ ਪੁਰਸਕਾਰ ਲਿਆ, ਔਰ ਉਹ ਇੱਕ ਸਾਨੂੰ ਮਾਂ ਬੋਲੀ
ਦੱਸ ਸਕਦਾ ਹੁਣ ਇੱਕ ਮਿੰਟ ਲਈ ਆਮ ਆਦਮੀ ਪਾਰਟੀ ਦੇ ਲੀਡਰ ਕਿਰਤਾਰ ਸਿੰਘ ਜੀ ਦਾ ਬੋਲਣ ਕਰਨਗੇ, ਉਸ ਤੋਂ ਬਾਅਦ ਸੁਰਜੀਤ ਪਾਤਰ ਜੀ ਬੋਲਣਗੇ ਤੇ ਆਪਾਂ ਰੋਸ ਮਾਰਚ ਸ਼ੁਰੂ ਕਰਾਂਗੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਜ਼ਿਆਦਾ ਟਾਈਮ ਨਹੀਂ ਲੈਣਾ, ਸਿਰਫ ਇੱਕ ਮਿੰਟ ਦੇ ਵਿੱਚ ਇੱਕੋ ਹੀ ਗੱਲ ਕਰਨੀ ਹੈ। ਸਾਰੇ ਪੰਜਾਬੀ ਬੋਲਦੇ ਪਿੰਡ ਉਜਾੜ ਕੇ ਇੱਕ ਸ਼ਹਿਰ ਬਣਾਇਆ, ਨਾਲ ਪੰਜਾਬੀਆਂ ਨੂੰ ਕਿਹਾ ਤੁਹਾਡਾ ਹੀ ਸ਼ਹਿਰ ਹੈ, ਤੁਹਾਡੀ ਮੇਰਾ ਨਾਮ ਸੁਖਵਿੰਦਰ ਸਿੰਘ ਆ, ਮੇਰਾ ਪਿੰਡ ਅਟਾਵਾ ਸੈਕਟਰ। ਸਰ ਅਸੀਂ ਪੰਜਾਬੀ ਵਾਸਤੇ ਲਾਗੂ ਵਾਸਤੇ ਕਰ ਰਹੇ ਹਾਂ, ਮੈਂ ਇੱਥੇ ਦੇ ਵਸਿੰਦੇ ਹਾਂ ਅਸੀਂ। ਸਾਡੀ ਪਹਿਲਾਂ ਜ਼ਮੀਨਾਂ ਖੋਹੀਆਂ, ਜ਼ਬਰਦਸਤੀ ਖੋਹੀਆਂ, ਅਤੇ ਹੁਣ ਜ਼ਬਰਦਸਤੀ ਸਾਡੇ ਦੇ ਮਾਂ ਬੋਲੀ ਵੀ ਖੋਈ ਗਈ ਹੈ। ਨਾ ਸਕੂਲਾਂ ਦੇ ਵਿੱਚ ਕਾਪੀਆਂ, ਨਾ ਟੀਚਰ ਛੱਡੇ ਆ ਇਹਨਾਂ ਨੇ, ਅਤੇ ਬਾਹਰੋਂ ਆ ਕੇ ਹਰੇਕ ਭਾਸ਼ਾ ਦੇ ਵਿੱਚ। ਇੱਕ ਪਾਸੇ ਸਾਡੇ ਮੇਕ ਇਨ ਆਫ ਇੰਡੀਆ, ਪ੍ਰਧਾਨ ਮੰਤਰੀ ਕਹਿੰਦਾ ਕਿ ਮੇਕ ਇਨ ਆਫ ਇੰਡੀਆ, ਇਸ ਜਿਹੜੀ ਆਪਣੀ ਚੰਡੀਗੜ੍ਹ ਹੈ ਇਹਦੇ ਵਿੱਚ ਅੰਗਰੇਜ਼ੀ ਭਾਸ਼ਾ ਲਾਗੂ ਆ, ਜਦਕਿ ਸੰਵਿਧਾਨ ਦੇ ਵਿੱਚ 23 ਭਾਸ਼ਾਵਾਂ ਹਰੇਕ ਕਿੱਤੇ ਦੀ, ਜਿੱਥੇ ਦੀ ਸੰਵਿਧਾਨ ਦੀ ਬਹੁ ਗਿਣਤੀ ਆ ਉਹੀ ਅਲਾਊਡ ਹੁੰਦੀ ਹੈ। ਗੁਜਰਾਤ 'ਚ ਗੁਜਰਾਤੀ ਬੋਲੀ ਜਾਂਦੀ ਹੈ, ਮਹਾਰਾਸ਼ਟਰ 'ਚ ਮਰਾਠੀ ਬੋਲੀ ਜਾਏ, ਤਾਮਿਲ 'ਚ ਕੰਨੜ ਬੋਲੀ ਜਾਂਦੀ ਹੈ, ਇੱਥੇ ਪੰਜਾਬੀ ਕਿਉਂ ਨਹੀਂ ਬੋਲੀ ਜਾਂਦੀ? ਕਿਉਂਕਿ ਇਹ ਰਾਜਧਾਨੀ ਤਾਂ ਸਿਰਫ ਪੰਜਾਬੀ ਵਾਸਤੇ ਬਣ ਗਈ। ਦਫ਼ਤਰਾਂ 'ਚ ਲਾਗੂ ਨਹੀਂ ਹੈਗੀ, ਨਾ ਹੀ ਟੀਚਰ ਨੇ ਅਗਲੀ ਨਵੀਂ ਪੀੜ੍ਹੀ ਨੂੰ ਇਹ ਉੱਠਣੀ ਨਹੀਂ ਦੇ ਰਹੇ। ਇੰਨਾ ਬੁਰਾ ਹਾਲ ਉਹ ਕਰ ਰਹੇ ਹਾਂ ਕਿ ਤਾਂ ਕਿ 5-4 ਕੁ ਅਫਸਰ ਹੈਗੇ ਆ ਉਹ ਪੰਜਾਬੀ ਨੂੰ ਕੁਛ ਨਹੀਂ ਹੈ, ਜਦਕਿ ਉਹਨਾਂ ਨੂੰ 6 ਮਹੀਨੇ ਦਾ ਆਪਣਾ ਕੋਰਸ ਕਰਕੇ ਪੰਜਾਬੀ ਦੇ ਵਿੱਚ ਸਾਰੇ ਕੰਮ ਕਰਾਉਣੇ ਚਾਹੀਦੇ ਆ, ਪਰ ਇਹ ਪੰਜਾਬੀ ਨੂੰ ਨਹੀਂ ਇਹ ਪ੍ਰਮੋਟ ਕਰ ਰਹੇ। ਬਾਰਾ ਸਿੰਘ ਜੀ, ਸਾਡਾ ਪੰਜਾਬੀ ਦਾ ਮਾਮਲਾ ਜੀ, ਪਿੰਡਾਂ ਦਾ, ਸਾਰੇ ਸ਼ਹਿਰ ਦਾ ਜੀ, ਸਾਨੂੰ ਪੰਜਾਬੀ ਲਾਗੂ ਕਰੋ ਜੀ, ਸਾਡੇ ਵਾਸਤੇ ਪੰਜਾਬੀ ਸਾਡੀ ਮੇਨ ਮਾੜਾ ਮੇਨ ਮੰਗ ਹੈ, ਮੇਨ ਮਾਂ ਬੋਲੀ ਹੈ ਜੀ। ਭਾਗ ਸਿੰਘ ਜੀ, ਸਾਡੀ ਪੰਜਾਬੀ ਬੋਲੀ ਹੈ ਜੀ, ਪੰਜਾਬੀ ਬੋਲੀ ਸਾਡੇ ਚੰਡੀਗੜ੍ਹ 'ਚ ਪੰਜਾਬੀ ਲੱਗਣੀ ਚਾਹੀਦੀ ਹੈ, ਜਦਕਿ ਸਾਡੀ ਪੰਜਾਬੀ ਪੰਜਾਬ 'ਚ ਚੰਡੀਗੜ੍ਹ ਬਣੀ ਹੈ, ਸਾਡੀ ਧਰਤੀ 'ਤੇ ਬਣੀ ਹੈ, ਸਾਡੀ ਪੰਜਾਬ ਦੀ ਧਰਤੀ ਹੈ, ਸਾਡੀ ਮਾਂ ਬੋਲੀ ਪੰਜਾਬੀ ਹੋਣੀ ਚਾਹੀਦੀ ਹੈ, ਸਾਡੀ ਮਾਂ ਹੈ, ਸਾਡੀ ਮਾਂ ਬੋਲੀ ਹੈ, ਅਸੀਂ ਪੰਜਾਬੀ ਵਿੱਚ ਬੋਲਣਾ ਚਾਹੁੰਦੇ ਹਾਂ। ਇਹ ਜਿਹੜੇ ਲੋਕ ਅਫਸਰ ਆਣ ਕੇ ਇੱਥੇ ਨਾ ਅੰਗਰੇਜ਼ੀ ਠੋਸ ਦਿੱਤੀ ਹੈ ਸਾਡੇ 'ਤੇ, ਕਿਉਂਕਿ ਸਾਡੇ ਸਕੂਲਾਂ 'ਚੋਂ ਵੀ ਬੰਦ ਕਰ ਦਿੱਤੀ ਹੈ ਪੰਜਾਬੀ, ਨਾ ਕੋਈ ਟੀਚਰ ਹੈ, ਨਾ ਕੋਈ ਉੱਥੇ ਟੀਚਰ ਲਾ ਰਹੇ ਹੈ, ਨਾ ਕੋਈ ਕਿਤਾਬ ਹੈ, ਨਾ ਕੋਈ ਸਾਡੀ ਪੰਜਾਬੀ। ਇਹ ਹੋ ਗਿਆ ਜੀ ਕੋਈ 30-32 ਸਾਲ ਤੋਂ ਚੱਲਦਾ ਜੀ, ਹਾਂਜੀ 66 ਤੋਂ ਚੱਲੇ ਜੀ। ਦੇਖੋ ਅੱਜ ਦੀ ਸਾਡੀ ਕਨਵੈਨਸ਼ਨ ਸੀਗੀ ਮੁੱਖ ਰੂਪ ਵਿੱਚ ਕਿ ਹਿੰਦੁਸਤਾਨ